our last contestant Delhi se Harmandeep. Mrs. दिल्ली दे विच दो contestant दा name है, मैं दोनों नूं कहांगा please उत्ते आ जाणगे, उन्दे चों judges जिहड़े आ choice करनगे, ठीक है जी. Contestant number 1111 दिलजीत कौर जी, please come on the stage. And 112 कुलवंत कौर जी. दोनों लिए सेम क्वेश्चन रहेगा और अपना अपना आंसर देना है. तुसी ऐसी कितना टाइम, एक मिनट दे विच विच अपना आंसर है ना. तुसी दोनों ने दसना है कि तो आने दोनों दे विच ऐसी एक नो मिसेस दिल्ली बनाना है. तो तुसी दोनों एक दूसरे तो किस तरह बेटर हो कि ऐसी तो आनो मिसेस दिल्ली चूज करिए. ते थोड़ा टाइम ऐसी टाइम नोट कर लेने हैं. स्टार्ट. सत श्री अकाल. थैंक यू फॉर द क्वेश्चन मैम. मैं कहना चाहती हूँ मिसिज दिल्ली का टाइटल इसलिए जितना चाहती हाँ कि जिदा मेरे वर्गी कुड़ियाँ सोचदिया ने कि हाँ भी विआह तो बाद लाइफ खत्म हो जाएगी, तो विआह तो बाद लाइफ खत्म नहीं होती. फिर बहुत सारे ऐसे प्लेटफॉर्म्स होते हैं जितने साढ़े कल्चर साड़ी कुड़ियाँ साढ़े वर्गी कुड़ियाँ भी अगे लियाया जा सकता है. और मिसिज डेली जितने का मेरा यही मकसद है कि मैं बाकी कुड़ियों इंस्पायर करा डेली विच. तुसी किवें बैटर हो लाइक उन्होंने नालों कि तुहानू बनाइए उन्होंने ना बनाइए. Because I'm very honest, I'm very I have a good personality, even I have a good sense of humor. इसलिए मैं सारी चीज़ें मैं रखती हूँ अपने अंदर. इसलिए मैं मिसेज डेली का टाइटल जीतना चाहती हूँ. थैंक यू सो मच मैम. थैंक यू. सत श्री अकाल जी सारे नू. मैं मिस पंजाब इसलिए बनना चाहती हूँ मिसेस दिल्ली इसलिए बनना चाहती हाँ क्योंकि मैं चाहती हूँ कि मैं अपने पंजाबी कल्चर नू अगे वधावा. मैं चाहती हूँ मैं पंजाबी च बहुत ज़्यादा इंट्रस्ट हैगा. जिहड़े लोग जिवें पंजाबी वगैरह नहीं बोल सकते मैं उन्होंने सिखावा भी पंजाबी इवें बोली जाती है, इस तरीके नाल बोली जाती है. मैं इन्हां दे नाल अपना आपका की कंपैरिजन करा मैनूं ऐ नहीं पता. ऐ ते तुसी लोग जजिस ही डिसाइड करोगे. मैनूं नहीं लगता साडे दोनों विच कोई डिफरेंस है, आपां दोनों इक्वली हैगे आ. थैंक यू. ਭੱਜ ਦੌੜ ਤੋਂ ਬਾਅਦ ਜਦੋਂ ਇੰਨੇ ਹਸੀਨ ਚਿਹਰੇ ਸੋਹਣੇ ਸੋਹਣੇ ਮੁਕੜੇ ਜਿਹੜੇ ਬਣ ਠਣ ਕੇ ਆਏ ਨੇ ਸਾਰੇ ਵਿਨਰ ਹੁੰਦੇ ਨੇ ਜਿਹੜੇ ਕਿ ਮਿਸਿਸ ਪੰਜਾਬ ਨੇ ਸਾਡੀ ਨਿਗਾਹ ਦੇ ਵਿੱਚ. ਬਟ ਇੱਕ ਟੈਗ ਨੰਬਰ ਹੁੰਦਾ ਨਾ 1 2 3 4 5 ਦੇ ਇੱਕ ਦਿਨ ਹੁੰਦਾ ਵੀ ਅੱਜ ਉੱਪਰਲੇ 10 ਨੇ ਇੱਕ ਨੰਬਰ ਤੋਂ ਸ਼ੁਰੂ ਹੋ ਗਿਆ. ਇਸ ਲਈ ਆਪਣੇ ਆਪ ਨੂੰ ਕਿਸੇ ਨੇ ਕੋਈ ਫੀਲ ਨਹੀਂ ਕਰਨਾ. ਤੁਸੀਂ ਸਾਰੇ ਹੀ ਮਿਸਿਸ ਪੰਜਾਬ ਹੋ, ਸਾਰੇ ਆਪਣੇ ਲਈ ਜ਼ੋਰਦਾਰ ਤਾੜੀਆਂ ਮਾਰੋ. ਮੈਂ ਬਲਬੀਰ ਜੀ ਨੂੰ ਕਹਾਂਗਾ ਪਲੀਜ਼ ਕਮ ਔਨ ਦੀ ਸਟੇਜ. ਬਲਬੀਰ ਜੀ ਐਂਡ ਮਿਸਿਸ ਬਲਬੀਰ ਨੂੰ ਵੀ ਕਹਾਂਗਾ ਪਲੀਜ਼ ਆ ਜਾਓ ਮਹਿਮਾਨ. ਇੱਕ ਵਾਰੀ ਜ਼ੋਰਦਾਰ ਤਾੜੀਆਂ ਆਪਣੀ ਫੈਮਿਲੀ ਲਈ.
ਜਿਨ੍ਹਾਂ ਨੇ ਇਸ ਮੁਕਾਮ ਤੇ ਤੁਹਾਨੂੰ ਲਿਆ ਕੇ ਸਪੋਰਟ ਕੀਤੀ ਹੈ, ਖੜਾ ਕੀਤਾ ਹੈ, ਉਹਨਾਂ ਲਈ ਜ਼ੋਰਦਾਰ ਤਾੜੀਆਂ। ਸੋਸ਼ਲ ਵਰਕਰ ਐਂਡ ਇੰਡਸਟਰੀਅਲਿਸਟ ਇੰਜੀਨੀਅਰ ਬਲਬੀਰ ਸਿੰਘ ਜੀ, ਚੇਂਬਰ ਆਫ ਇੰਡਸਟਰੀਜ ਹਰਿਆਣਾ ਕੇ ਵਾਈਸ ਪ੍ਰੈਜ਼ੀਡੈਂਟ, ਸਿੱਖ ਫੋਰਮ ਕੇ ਕਨਵੀਨਰ, ਅਕਾਲੀ ਦਲ ਬਾਦਲ ਹਰਿਆਣਾ ਸਟੇਟ ਵਾਈਸ ਪ੍ਰੈਜ਼ੀਡੈਂਟ, ਮਿਸਟਰ ਬਲਬੀਰ ਸਿੰਘ ਜੀ, ਐਵਰੀਬਾਡੀ ਪਲੀਜ਼ ਜ਼ੋਰਦਾਰ ਤਾੜੀਆਂ। ਤੁਹਾਨੂੰ ਕੀ ਲੱਗਦਾ ਜੀ, ਵਨ 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 ਦਿਲਜੀਤ ਕੌਰ, ਆਡੀਅੰਸ ਨੇ ਕੰਡੀਏ ਕਿਆ ਬਾਤ ਹੈ, ਐਵਰੀਬਾਡੀ ਕਮ ਔਨ, ਦਿੱਲੀ ਸੇ ਆਈ ਹੈ ਲੜਕੀ, ਦਿੱਲੀ ਸੇ ਔਰ ਜੀਤ ਕੇ ਗਈ ਅੰਬਾਲਾ ਮੇ, ਇੱਕ ਬਾਰ ਇੱਕ ਸਾਥ ਤਾਲੀਆਂ ਹੋ ਜਾਏ ਇਸਕੇ ਲਈ, ਦਿਲਜੀਤ ਕੌਰ। She's been brought by This is Punjab 2017 Samriddhi Award. ਜ਼ੋਰਦਾਰ ਤਾੜੀਆਂ ਬੱਚੇ, ਆਪਾਂ ਅਗਰ ਕਿਸੇ ਵਾਸਤੇ ਕਲੈਪ ਨਹੀਂ ਕਰ ਸਕਦੇ, ਸਾਡੇ ਵਾਸਤੇ ਵੀ ਕੋਈ ਨਹੀਂ ਕਰਦਾ। ਖੁਸ਼ੀ ਦਾ ਮੂਮੈਂਟ ਹੁੰਦਾ, ਖੁਸ਼ੀਆਂ ਵੰਡਣ ਨਾਲ ਬਣ ਰਹੀਆਂ ਵਧੀਆ। ਕੰਟੈਸਟਨ ਨੰਬਰ ਮੈਂ ਜਿਹੜੇ ਨੰਬਰ ਅਨਾਊਂਸ ਕਰਾਂਗਾ, ਪਲੀਜ਼ ਕਮ ਔਨ ਦੀ ਸਟੇਜ, 904 905 ਪਲੀਜ਼ ਪਲੇ ਦਾ ਮਿਊਜ਼ਿਕ, ਰਾਊਂਡ ਕਰਕੇ ਇੱਥੇ ਸਾਈਡ 'ਤੇ ਖੜ੍ਹੇ ਹੋ ਜਾਣਾ, ਮਿਊਜ਼ਿਕ ਚਲਾ ਦਿਓ, ਲਾਈਟ ਮਿਊਜ਼ਿਕ, ਵੋਲਿਊਮ ਘੱਟ ਰੱਖਣਾ, 906 908 ਮੈਂ ਬਹੁਤ ਕਰੋ ਗਰਾਊਂਡ ਲੈ ਕੇ ਬਹੁਤ ਕਰਕੇ ਇੱਧਰ ਆ ਕੇ ਖੜ੍ਹੇ ਹੋ, 909 910 911 914 916 916 917 917
one. Nine, two, three. Nine, two, four. ਆਪਣੀ ਰੋਜ਼ ਬਾਬਾ ਜੀ ਮਿਹਰ ਕਰਨਾ ਬਾਬਾ ਜੀ ਮਿਹਰ ਕਰਨਾ ਤਾਂ ਆਪਾਂ ਕੀ ਕਹਿ ਰਹੇ ਹਾਂ ਕੁਛ ਸਮਝ ਨਹੀਂ ਆਇਆ ਇਹਨਾਂ ਨੂੰ ਵੀ ਮੈਂ ਕਿਹਾ ਸੀ ਵੀ ਜਿਹੜੇ ਨੰਬਰ ਅਨਾਊਂਸ ਕਰ ਰਹੇ ਹਾਂ ਵੀ ਸੈਮੀ ਫਾਈਨਲ ਸੀ ਇਹਨਾਂ ਨੂੰ ਤਾਂ ਕਿਸੇ ਨੂੰ ਖੁਸ਼ੀ ਨਹੀਂ ਹੋਈ ਵੀ ਸਿਲੈਕਟਡ ਨੇ ਚਿਹਰੇ ਤਾਂ ਕਿਸੇ ਦੇ ਸ਼ੋਅ ਤਾਂ ਕਰ ਹੀ ਨਹੀਂ ਰਹੀ ਮੈਨੂੰ ਲੱਗ ਨਹੀਂ ਰਿਹਾ ਤੁਸੀਂ ਖੁਸ਼ੀ ਹੋ ਵੀ ਤੁਸੀਂ ਸਿਲੈਕਟਡ ਹੋ ਅਗਲੇ ਰਾਊਂਡ ਲਈ ਹਾਂ ਜਿਹੜੇ ਮੈਂ ਇੱਕ ਚਾਰ ਨੰਬਰ ਅਨਾਊਂਸ ਕਰਨ ਜਾ ਰਿਹਾ ਇਹਨਾਂ ਦਾ ਰਿਜ਼ਲਟ ਸਟੈਂਡ ਬਾਏ 'ਤੇ ਹੈ ਇਹ ਆਪਸ਼ਨਲ ਹੁੰਦਾ ਹੈ ਜਿਵੇਂ ਕਈ ਕੰਟੈਸਟੈਂਟ ਨਹੀਂ ਅੱਗੇ ਆ ਪਾਉਂਦੇ ਸਾਡੇ ਇੱਕ ਕ੍ਰਾਈਟੀਰੀਆ ਦੇ ਵਿੱਚ ਹੁੰਦਾ ਕੋਈ ਕੰਟੈਸਟੈਂਟ ਜਦੋਂ ਭਰਦੇ ਨੇ ਸਾਡਾ ਜਿਹੜਾ ਕੋਰਮ ਹੈ ਪੂਰਾ ਕਰਨ ਲਈ ਅਸੀਂ ਇਸ ਕੰਟੈਸਟੈਂਟ ਦੇ ਵਿੱਚੋਂ ਚੂਜ਼ ਕਰਦੇ ਹਾਂ ਜਿਹਨਾਂ ਨੂੰ ਮੌਕਾ ਦਿੰਦੇ ਹਾਂ ਉਹ ਕੰਟੈਸਟੈਂਟ ਨੇ 907 913 913 ਬੜੇ ਖੜੇ ਹੋ ਜਾਓ 922 ਐਂਡ 902 ਤੁਹਾਡਾ ਰਿਜ਼ਲਟ ਜਿਹੜਾ ਸਟੈਂਡ ਬਾਈ 'ਤੇ ਹੈ ਆਫਟਰ ਦੈਟ ਤੁਹਾਨੂੰ ਮੇਲ ਆਏਗੀ ਜਾਂ ਜੋ ਵੀ ਤੁਹਾਨੂੰ ਸੁਣਾਇਆ ਜਾਏਗਾ ਅਗਰ ਤੁਸੀਂ ਵਿਨਰ ਹੋ ਇਹਨਾਂ ਸਾਰੇ ਵਿਨਰ ਦੇ ਟੋਟਲ ਵਿੱਚੋਂ ਪਾਈਆ ਪਾਈਆ ਤੁਸੀਂ ਰਹਿ ਗਏ ਹੋ ਇਹਨਾਂ 'ਚੋਂ ਕੋਈ ਅਗਰ ਕੰਟੈਸਟੈਂਟ ਰਹਿ ਜਾਂਦਾ ਤਾਂ ਤੁਸੀਂ ਸੈਮੀਫਾਈਨਲ ਲਈ ਤੁਹਾਨੂੰ ਕੋਲ ਆ ਜਾਏਗੀ ਠੀਕ ਹੈ ਜੀ ਤੁਸੀਂ ਵਰੀ ਨਹੀਂ ਕਰਨਾ ਆਲਸੋ ਦਾ ਪਾਰਟ ਆਫ ਦਾ ਸੈਮੀਫਾਈਨਲ ਅੱਛਾ ਹੁਣ ਮੈਂ ਤਾੜੀਆਂ ਮਾਰ ਦਿਓ ਇੱਕ ਵਾਰੀ ਜ਼ੋਰ ਦੀ ਜੇ ਜ਼ੋਰਦਾਰ ਕਹਿਣਾ ਪੰਜਾਬਣਾ ਹੋ ਹੁਣ ਤਾਂ ਦਿਖਾ ਦਿਓ ਪੰਜਾਬਣਾ ਹੁੰਦੀਆਂ ਕੀ ਅੱਛਾ ਤਿੰਨ ਕੰਟੈਸਟੈਂਟ ਨੇ ਜਿਹੜੇ ਮੈਂ ਬੁਲਾਊਂਗਾ ਪਲੀਜ਼ ਇੱਥੇ ਆ ਜਾਣਾ ਜਿਹਦੇ ਵਿੱਚੋਂ ਕੀ ਚੁਣਿਆ ਜਾਣਾ ਕੰਟੈਸਟੈਂਟ ਨੰਬਰ 906 910 ਐਂਡ 923 ਥੋੜ੍ਹਾ ਮਿਊਜ਼ਿਕ ਪਲੀਜ਼ ਵਾਕ ਕਰੋ ਜੱਜਿਸ आप में से जो विनर बनेगी वो पोज कैसे मारेगी विनर बनने के बाद आप ओके आप अब तीनों करके दिखाओ पोज कौन से होंगे विद फुल एनर्जी एंड एंथुसियाज्म की हाँ मैं हूं मिसेस अंबाला आप तीनों में से थोड़ा थोड़ा खोल हाँ जी ਮੰਨ ਲਓ ਤੁਸੀਂ ਮਿਸਿਸ ਅੰਬਾਲਾ ਚੁਣੇਗੇ ਠੀਕ ਹੈ ਅਤੇ ਕਿੱਦਾਂ ਆਪਣੀ ਖੁਸ਼ੀ ਪਟੈਂਡ ਕਰੋਗੇ ਤੁਹਾਨੂੰ ਕਿੰਨੀ ਖੁਸ਼ੀ ਹੈ ਕਿੱਦਾਂ ਜ਼ਾਹਿਰ ਕਰੋਗੇ ਇਹ ਤੁਸੀਂ ਜੱਜਿਸ ਨੇ ਕਿਹਾ ਵੀ ਕਰਕੇ ਦਿਖਾਉਣਾ ਠੀਕ ਹੈ ਸਰ 906 ਪਲੀਜ਼ ਆਓ ਤੁਸੀਂ ਵਿਨਰ ਹੋ ਮਿਸਿਸ ਅੰਬਾਲਾ ਮੈਂ ਲੱਗਦਾ ਆਡੀਅੰਸ ਚੋਂ ਵੀ ਕਿਸੇ ਨੇ ਤਾੜੀ ਨਹੀਂ ਮਾਰੀ ਤਿੰਨਾਂ ਵਾਸਤੇ ਅਬ ਦੁਬਾਰਾ ਕਰਾ ਲਈਏ ਜੇ ਆਡੀਅੰਸ ਕੀ ਕਹਿੰਦਾ ਦੁਨੀਆਂ
दुनिया जीत लिया आपने ऐसा ऐसा जोश होना चाहिए ऐसी एनर्जी होनी चाहिए कमाल एक टाइटल जितने ले एक पर्सन दे विच मिसेस पंजाब है ना बहुत बड़ा टाइटल है तुसी उन्हें रिप्रेजेंट करना की दो क्वालिटीज तुसी सोच दियो कि मिसेस पंजाब दे विनर दे विच दो सिंपल वर्ड दे विच दो क्वालिटीज मेरी पॉजिटिविटी और अगे वधन दा जज्बा पंजाबी सभ्याचार दे नाल पॉजिटिविटी एंड सेकंड केड़ा मैनूं समझ नहीं आया एक वर्ड दे विच मैनूं सिंगल वर्ड दे विच आंसर दो एक एक पर्सन दे विच मिसेस पंजाब दे टाइटल होल्डर दे विच दो चीजां क्वालिटी वालियां केड़ियां होनी चाहिए ब्यूटी विद कॉन्फिडेंस टैलेंट वी Honesty and enthusiasm. Thank you. Confidence and faith in yourself. ਤੁਹਾਨੂੰ ਕੀ ਲੱਗਦਾ ਕਿ ਉਹ ਦੋ ਕੰਟੈਸਟੈਂਟਸ ਵਿੱਚੋਂ ਤੁਸੀਂ ਇੱਕ ਨੰਬਰ ਵੱਧ ਦਈਏ ਤੁਹਾਨੂੰ ਅਸੀਂ ਮੈਨੂੰ ਲੱਗਦਾ ਮੇਰੇ 'ਚ ਇੰਨੀ ਹਿੰਮਤ ਹੈਗੀ ਹੈ ਕਿ ਮੈਂ ਜਿਹੜੇ ਟੈਲੈਂਟ ਦਾ ਜਿਹੜੇ ਸਾਖ ਹੈਗੀ ਹੈ ਇਹਦਾ ਜਿਹੜਾ ਰੁਤਬਾ ਇਹਨੂੰ ਬਣਾ ਕੇ ਰੱਖ ਸਕਦੀ ਹਾਂ ਇੰਨੇ ਗਟਸ ਹੈਗੇ ਆ ਮੇਰੇ 'ਚ ਅਤੇ ਮੈਮ ਤੁਹਾਨੂੰ ਦੋਨਾਂ ਦੇ ਵਿੱਚੋਂ ਕਿਉਂ ਮਿਸਿਸ ਪੰਜਾਬ ਦਾ ਟਾਈਟਲ ਦਿੱਤਾ ਜਾਵੇ ਸਰ ਮੇਨ ਤੋਂ ਆਪ ਲੋਕੋ ਕਾ ਫਾਈਨਲ ਡਿਸੀਜਨ ਹੈ लेकिन मुझे मुझे लगता है सॉरी माइंड ना करना प्लीज मेनू लगता है कि मैं एना दोनों नाल ज्यादा ब्यूटी दे विच कॉन्फिडेंस दे विच आपा दैट्स व्हाई ओके जी थैंक यू हार्ट बीट थोड़ी फास्ट कर दे 5 4 रोहित कर 2 1 चलो यार छोड़ो घर चलिए 9 1 0 मिसेस अंबाला कांग्रेचुलेशंस टैग 910 है मिसेस अंबाला इस सर मैं चाहता हूं पूरी ऑडियंस मिसेस अंबाला का आपकी लड़की का आप लोग तहे दिल से स्वागत करें तालियों के साथ